ਸ੍ਰੀਕਾਲ ਜੀ ਸਾਰਿਆਂ ਨੂੰ, ਤੁਹਾਡਾ ਸਵਾਗਤ ਹੈ ਜੀ ਆਪਣੇ ਬਲੌਗ 'ਚ। ਅੱਜ ਆ ਜੀ ਮਾਸਰ ਨੇ ਕਣਕ ਸ਼ੁਰੂ ਕਰਤੀ ਵੱਢਣੀ। ਹੋ ਮਾਸਰ ਸਤਿ ਸ਼੍ਰੀ ਅਕਾਲ ਜੀ। ਕਣਕ ਸ਼ੁਰੂ ਕਰਤੀ ਜੀ, ਕਣਕ ਦਾ ਪਤਾ ਹੈ ਨਹੀਂ ਤਾਂ ਵੀ ਅੱਜ ਵੱਢਣੀ ਹੈ। ਵੈਸੇ ਸਵਾਦ ਵੀ ਇੱਕ ਨਹੀਂ ਆਉਂਦਾ ਕਣਕ ਵੱਢਣ ਦਾ, ਨਹੀਂ ਦੋ ਸਾਲ ਹੋ ਗਏ ਪਹਿਲਾਂ ਅਸੀਂ ਮਿਹਨਤਾਂ ਹੀ ਕਰਦੇ ਸੀਗੀਆਂ ਜਾਂ ਟੇਢਾ 'ਚ ਹੁੰਦਾ ਤਾ। ਪਰ ਅੱਜ ਸ਼ਾਮ ਨੂੰ ਵੀ ਕਿਹਾ ਕਾਹਲੀ ਨੇ ਵੀ ਜੇ ਕਣਕ ਵੱਢ ਦੇਵਾਂ, ਮੈਂ ਘੰਟਾ ਪਹਿਲਾਂ ਦੱਸਦਾ ਫਿਰ ਤਾਂ ਤਿਆਰੀ ਕਰ ਲੈਣੀ ਮੈਂ ਵੀ ਹੁਣ ਮੈਂ ਰੇਤਾ 'ਚ ਲੈ ਕੇ ਆਇਆ ਵੀ ਟਾਈਮ ਲੱਗ ਜਾਣਾ। ਕਹਿੰਦਾ ਚੱਲ ਸਵੇਰੇ ਸਹੀ, ਸਵੇਰੇ ਵੀ ਆਪੇ ਫੋਨ ਕਰਿਆ ਬਾਈ। ਬਹੁਤ ਵਧੀਆ ਟਾਈਮ ਆ ਜਿਹੜਾ ਵੱਧ ਹੁੰਦੀ ਹੈ ਕਣਕ, ਤੂੜੀ ਤਾੜੀ ਵੱਧ ਬਣ ਜਾਂਦੀ ਹੈ, ਵੱਧ ਬਣ ਜਾਂਦੀ ਬਸ ਤੂੜੀ ਉਹ ਪੱਲੇ ਪੈਣੀ ਹੈਗੀ ਜਿਹੜੀ ਹੈਗੀ ਆ ਜ਼ਿਆਦਾ। ਦਾਣੇ ਤੁਹਾਨੂੰ ਪਹਿਲਾਂ ਵੀਡੀਓ 'ਚ ਵੀ ਦੱਸਿਆ ਸੀ ਵੀ ਮਰੇ ਪਈ ਆ, ਦਾਣਾ ਘੱਟ ਆ। ਹਾਂ ਦਾਣਾ ਘੱਟ ਆ ਕਣਕ, ਹਵਾ ਠੀਕ ਹੈ। ਬਾਕੀ ਟਰੈਕਟਰ ਖੜਾ ਤਾ, ਬਾਕੀ ਤਾਂ ਸਾਰੇ ਹੀ ਪੈ ਜਾਣੀ ਭਲਾ। ਅਸੀਂ ਇਹਨੂੰ ਕਿਹਾ ਵੀ ਦੋ ਗੇੜੇ ਨੂੰ ਕੱਢਦੇ ਸੀ ਦਾਣੇ, ਦੇਖ ਲਿਆ ਕਿੰਨੇ ਕੁ ਪੜ੍ਹਾਈ ਠੀਕ ਹੈ, ਦਾਣਾ ਦੂਣਾ ਪਿੱਛੇ ਕੁਛ ਨਹੀਂ ਛੱਡਦੀ ਹੈਗੀ, ਓਕੇ ਆ ਇਸ ਟਾਈਮ ਤੱਕ। ਹੇਠਾਂ ਬਣ ਜਾਂਦਾ ਸਾਰਾ ਹੋ ਫੇ ਮਾਸਲ ਕਿੰਨੀ ਕੁ ਲੱਗਦੀ ਕਣਕ ਹੋ ਗਈ ਫੇ? ਕਣਕ ਹਾਂ ਕਣਕ ਬਾਈ ਹੁਣ ਬਹੁਤ ਕਿਸਮ ਦੀ ਲੱਗਦੀ ਕਣਕ ਦਾ, ਤੈਨੂੰ ਕਹਿ ਦੱਸੀ ਹੋਣੀ। ਕਣਕ ਨਾਲ ਤੂੜੀ ਵੱਧ ਗਈ ਚਾਹੀਦੀ ਇਹਨੂੰ ਦੱਸ। ਕਣਕ ਮੈਂ ਤਾਂ ਲੈਣ ਦੇ ਵੀ 14 ਕੁਇੰਟਲ ਹੋਊਗੀ, 15 ਕੁਇੰਟਲ ਕਹਿੰਦਾ। ਬਾਕੀ ਉਹ ਸਾਡੇ ਜਿਹੜੇ ਮੰਡੀ ਵਾਲੇ ਕੰਡਾ ਤੋਰ ਆਏ ਖੇਤੀ ਮਾਰ ਕੇ ਕਹਿੰਦੇ ਆ, ਖੇਤੀ ਮਾਰ ਹਾਂ ਉਹ ਬਾਪ ਉੱਤ 19 ਕੁਇੰਟਲ ਕਹਿੰਦੇ। ਤੂੰ ਵੱਧ ਗਿਆ ਬਾਈ, ਤੂੰ ਕੀ ਕਹਿੰਦਾ ਤੂੜੀ ਵਾਲੇ? ਤੂੜੀ ਦਾ ਵੀ ਰੇਟ ਸੋਹਣਾ ਐਤਕੀ, ਤੇ ਜਿਹਦੇ ਕਣਕ ਮਾੜੀ ਆ ਤੂੜੀ ਤਾਂ ਵਧੀਆ ਨਿਕਲੂਗੀ। ਕਣਕ ਮਾੜੀ ਆ ਤੂੜੀ ਕਿਆ ਨਿਕਲ ਲਈ? ਕਣਕ ਦਾ ਦਾਣਾ ਹੌਲਾ ਪੈ ਗਿਆ, ਹੌਲਾ ਪੈ ਗਿਆ ਦਾਣਾ ਹੌਲਾ ਪੈ ਗਿਆ। ਲਾਣ ਤਾਂ ਉਨੀ ਹੈ ਖੇਤਾਂ 'ਚ, ਜਿਹੜੇ ਲੇਟ ਫੇਟ ਮੀਂਹ ਪਿਆ ਦਾਣਾ ਹੌਲਾ ਪਿਆ ਉਹਦੇ ਕਰਕੇ। ਕਈ ਖੇਤਾਂ 'ਚ ਹੌਲਾ ਪੈ ਗਿਆ, ਇੱਕ ਬਲ ਦੇ ਦਾਣੇ ਨੂੰ ਭੋਰ ਕੇ ਨਾ ਕਿਸੇ ਦੇ ਨੰਗੇ ਫੁੰਡੇ ਕੋਲ ਮਾਰੋ ਤਾਂ ਪਤਾ ਲੱਗੂ ਦਾਣਾ ਗਜਨ ਵਾਲਾ ਕਿਆ ਹੱਕਾ ਵੀ ਸੱਟ ਮਾਰਦਾ ਕਿ ਨਹੀਂ ਮਾਰਦਾ। ਬਲ ਕਾਹਨੂੰ ਤੋੜਨੀ, ਟਰਾਲੀ 'ਚ ਪਾਈ ਵੀ ਆ ਫਰਕ ਹੈ, ਇੱਕ ਬੰਦੇ ਦੇ ਹੱਡਾਂ ਵਾਂ ਵੱਜਣੀ, ਉਹਦੇ ਪਤਾ ਹੀ ਨਹੀਂ ਲੱਗਣਾ ਉਹਨੂੰ, ਉਹਦੇ ਕਣਕ ਵੱਜ ਕੇ ਨਾ ਮੁੱਠੀ 'ਚ ਆ ਜਾਵੇ। ਹੈ ਹੁਣ ਪਹਿਲਾਂ ਕਿੰਨਾ ਰੇਟ ਖੋਲਿਆ? 11 ਸੌ 12 ਅੱਛਾ ਹੁਣੀ ਆਹੋ ਹੁਣ ਤਾਂ ਰੇਟ ਫਿਰ ਵੀ ਠੀਕ ਆ 700 ਗਾਂ ਜਾ ਕੇ 3-400 ਹੋ ਜਾਣਾ ਮਹੀਨੇ ਤੱਕ, ਮਹੀਨੇ ਤੱਕ ਤਾਂ 300-400 ਰੇਟ ਰਹਿੰਦਾ।
ਵਿਰੋਧੀ ਧਿਰ ਨੇਤਾ ਹੈ ਨੀ ਵੀ ਤਾਂ ਕਰਤਾ ਕੰਮ ਕਾਲਾ ਕਹਿੰਦਾ ਨਹੀਂ ਯਾਰ ਵੀ ਐਤਕੀ ਤੂੜੀ ਵੀ ਘੱਟ ਬਣਨੀ ਆ ਗੇੜਾ ਤਾਂ ਕਹਿੰਦਾ ਉਨਾ ਹੀ ਆਉਣਾ ਖੇਤ ਚ ਟਰੈਕਟਰ ਨੇ ਡੀਜ਼ਲ ਵੱਧ ਖਾਣਾ ਝੁੰਡੇ ਝੰਡੇ ਵੀ ਖਾਸੇ ਲਏ ਹੁਣ ਮੁੱਲ ਇਹਨੇ ਬੜਾਈ ਕਰੀ ਕਾਲੇ ਨੇ ਉਹਨਾਂ ਨਾਲ ਕਰੀ ਆ ਸੰਤਾ ਰੀ ਨੇ ਝੁੰਡੇ ਲਏ ਉਹ ਇਹਨਾਂ ਨੇ ਦੇਖ ਲਏ ਹਾਲਾਤ ਬਾਈ ਝੁੰਡੇ ਲੈ ਕੇ ਇਹਨਾਂ ਨੂੰ ਫਾਇਦਾ ਜਣੀ ਜੇ ਖੜਾ ਲੈਂਦੇ ਫਿਰ ਆਪਾਂ ਨੇ ਕਿਹੜਾ ਦੇ ਦੇਣਾ ਆਪਣੇ ਟਰੈਕਟਰ ਨਾਲ ਫਿਲਟਰ ਝਾੜਨਾ ਟਰੈਕਟਰ ਦਾ ਝਾੜ ਕੇ ਬਹਿ ਜਾਂਦੇ ਲਾ ਦੇਣਾ ਆਪਾਂ ਨੇ ਮਾਸਾ ਟਰਾਲੀਆਂ ਦਾ ਬਣਾਉਂਦੇ ਚਾਰ ਟਰਾਲੀ ਆ ਹੈ ਬਸ ਨਾਲੇ ਰੈਲੀ ਕਰਕੇ ਦੇ ਦੇਣੀ ਮਸ਼ੀਨ ਵੀ ਭਾਈ ਚਲਾਓ ਮਸਰ ਤੈ ਸਾਰੀ ਤੂੜੀ ਰੱਖਣੀ ਹੁਣ ਜਿਹੜੀ ਬਣਾਉਣੀ ਬਹੁਤ 50 ਕਿੱਲੇ ਦੇ ਮਸਰ ਨਹੀਂ ਇੱਕ ਅੱਧੀ ਟਰਾਲੀ ਉਹ ਪਿਛਲੀ ਵਾਰੀ ਵੀ ਅੱਧੀ ਟਰਾਲੀ ਬਚ ਗਈ ਸੀ ਬਸ ਬਈ ਇੱਕ ਦੀ ਮੈਂ ਲੈ ਲੈਣੀ ਦੇ ਆ ਹੋ ਜਾਣੀ ਕਾਹਦਾ ਆਹੋ ਆਹੋ ਮਾਸੜ ਨੇ ਕੱਦੂ ਕਰਦਾ ਉੱਧਰ ਭਈਆ ਤੇ ਬਟਾਈ ਬਬੜੇ ਚੱਕ ਲਏ ਹੋ ਜਾਂਦਾ ਜਾਣੀ ਊਂ ਹੋਰ ਜੇ ਦੇਣੀ ਹੋਈ ਫਿਰ ਮੈਂ ਲੈ ਲੂੰਗਾ ਕਿ ਮੈਂ ਵੀ ਮੁੱਲ ਲੈਣੀ ਆ ਥੋੜ੍ਹੀ ਡੰਗਰ ਗਾਹਾਂ ਜਾ ਕੇ ਘਟਾ ਦਾਂਗੇ ਹੁਣ ਤਾਂ ਜ਼ਿਆਦਾ ਹੈ ਡੰਗਰ ਹਾਂ ਜਿੱਦਣ ਹਾਂ ਵੀ ਲੱਗ ਗਿਆ ਵੀ
ਵੀ ਡੰਗਰ ਹੁਣ ਫਿਰ ਨਵਾਂ ਪੁਰਾਣਾ ਕਰ ਦਾਂਗੇ ਕੰਮ। टोटल किन्नी जगह बनदी तेरी? देख ला तू डेढ़ बीघे उपर हो जाए पौने दो बीघे बन जाते मेरे भी दो गीले बेलियो तूड़ी है नहीं नहीं बिचे करे भी मैं ही लेनी हूं जिहड़ी जकीले खंड दी बनी ओह दूए बधी मशीन वाली वह भी मैं ले लेनी तेरी जे आ बिगे वाली देखनी है वह भी बने जानिया ठीक है ठीक है।